ਇੰਟਰਨੈਸ਼ਨਲ ਕੁਝ ਪਲੇਅਰਾਂ ਦੇ ਬਾਰੇ ਜੀ ਨੈਸ਼ਨਲ ਜਿਹੜੇ ਨੇ ਸਾਡੇ ਉਹਨਾਂ 'ਚ ਮੈਂ ਪੁੱਛ ਲੈਣਾ ਤੁਹਾਡੇ ਕੋਲ ਮੁਸ਼ਰਫ ਜੰਜੂ ਵਾਲ ਆਫ ਪਾਕਿਸਤਾਨ। ਉਹ ਤਾਂ ਜਾਫੀ ਹੋਇਆ ਤੇ ਫਿਰ ਕੀ ਬਾਤ ਹੈ ਉਹਦੇ ਜਾਫੀ ਹੋਣ ਦੀ। ਉਹਨਾਂ ਨੇ ਕਦੇ ਆਮਲਾ ਸਾਹਮਣਾ ਹੋਇਆ? ਅਗਰ ਨਹੀਂ ਹੋਇਆ ਤੇ ਕੋਈ ਵੈਸੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹੋ? ਮੁਸ਼ਰਫ ਉਸਤਾਦ ਮੁਸ਼ਰਫ ਬਹੁਤ ਹੀ ਆਲਾ ਇਨਸਾਨ। ਅਗਰ ਵੱਡੀ ਚੀਜ਼ ਕੋ ਇਨਸਾਨ ਹੈ ਨਾ। ਕਾਫੀ ਪਲੇਅਰ ਅਚਨ ਸਾਰੇ ਅਚਨ ਜਿਹੜਾ ਹਾਲਾ ਕਿਸਮ ਦਾ ਐਸਾ ਇਨਸਾਨ ਹੈ ਨਾ। ਉਸਤਾਦ ਮੁਸ਼ਰਫ। ਬਹੁਤ ਹੀ ਆਲਾ ਕਿਸਮ ਦਾ ਇਨਸਾਨ اور ਬਲੇਰੀ ਅੱਛਾ ਮੈਂ ਉਹਦੇ ਨਾਲ ਇੱਕ ਸੈਕਿੰਡ ਤੋਂ ਸੇ ਤਕਬਰ ਔਰ ਗਰੂਰ ਨਹੀਂ ਵੇਖਿਆ ਚਾਹੇ ਆਸਟ੍ਰੇਲੀਆਜ ਜੋ ਆਇਆ ਚਾਹੇ ਇੰਗਲੈਂਡਿਚ ਜੋ ਆਇਆ ਚਾਹੇ ਇੰਡੀਆਜ ਜੋ ਆਇਆ ਜਿੱਦੂ ਆਇਆ ਉਸ ਇਸ ਤਰ੍ਹਾਂ ਹੀ ਮੈਨੂੰ ਮਿਲਿਆ ਜਿਸ ਤਰ੍ਹਾਂ ਵੀ ਤੇਨਾ ਕੋਈ ਆਮ ਜੱਟ ਜਿਹਾ ਬੰਦਾ ਕੰਮ ਕਰ ਰਿਹਾ ਸਾਦਾ ਇਨਸਾਨ ਔਰ ਆਲਾ ਦਿਲ ਦਾ ਬੰਦਾ ਔਰ ਮੇਰੇ ਕਾਫੀ ਸਾਲ ਪਹਿਲੇ ਉਸਤਾਦ ਮਸ਼ਰਫ ਮੇਰੇ ਤਲਗਾ ਸੀ ਹਕ ਮੈਂ ਨਸ ਗਿਆ ਸੀ ਤੇ ਹੇਕ ਮੇਰੇ ਤੇ ਉਸ ਜੱਫਾ ਕਰ ਲੈ ਲੇ ਸੀ ਲੇਕਿਨ ਇਨਸਾਨ ਬੜਾ ਲਾ ਅਸਲ ਤੇ ਗਾਲੇ ਬਹੁਤ ਆਲਾ ਇਨਸਾਨ ਯਾਰ ਉਤੇ ਇੰਟਰਨੈਸ਼ਨਲ ਮੈਚ ਅੱਜ ਵੀ ਹਸਦਾ ਰਹਿੰਦਾ ਜਫਾਗਰ ਅੱਜ ਵੀ ਬਿਲਕੁਲ ਹਸਦਾ ਰਹਿੰਦਾ ਇਤਤਹਾਸ ਸਿੱਕੀ ਸੇ ਗਰਾਉਂਡ ਅਜਾ ਸੇ ਬਾਈ ਹੋਈ ਤੇ ਕਵਡੀ ਮੈਚ ਹੀ ਖੇਡ ਰਿਹਾ ਹਾਂ ਤੇ ਹੱਸ ਰਿਹਾ ਹੁੰਦਾ ਬਾਜਟੂ ਹਵਾ ਅਗਰ ਦੂਸਰਾ ਮੈਂ ਹਾਰ ਜਾਵਾਂ ਤੇ ਕਹਿੰਦਾ ਕੋਈ ਨਹੀਂ ਕੋਈ ਨਹੀਂ ਮਿਹਨਤ ਕੀਤੀ ਕਰੋ ਮਿਹਨਤ ਕੋਈ ਨਹੀਂ ਕੋਈ ਮਸਲਾ ਨਹੀਂ আর ਜਿੱਤ ਗਿਆ ਮੈਂ ਤਾਂ ਇਸ ਹੱਸ ਯਾਨੀ ਉਹ ਸਪੋਰਟ ਕਰਦਾ ਉਸਤਾਦ ਆਦਮੀ ਹਾਂਜੀ ਉਸਤਾਦ ਆਦਮੀ ਹਾਂਜੀ ਉਸਤਾਦ ਆਦਮੀ ਬਹੁਤ ਆਲਾ ਇਨਸਾਨ ਜਿੰਨੀ ਤਾਰੀਫ ਕਰਾਸੇ ਭੇ ਥੋੜੀ